ਮੈਂ ਜਿਸ ਕਾਮਲ ਮੁਰਸ਼ਦ ਪਹੁੰਚੇ ਹੋਏ ਫਕੀਰ ਦੀ ਗੱਲ ਕਰਨ ਜਾ ਰਿਹਾ ਹਾਂ, ਉਹ ਫਕੀਰ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਮੈਨੂੰ ਅੱਜ ਵੀ ਯਾਦ ਹੈ ਫਕਰ ਭਾਗੀ ਸ਼ਾਹ ਮਸਤਾਨਾ ਜੀ ਦੇ ਦਰਬਾਰ ਦੀ ਉਹ ਗੱਲ, ਜਦੋਂ ਮੈਂ ਉਹਨਾਂ ਨੂੰ ਸਜਦਾ ਸਲਾਮ ਕਰਕੇ ਉਹਨਾਂ ਦੇ ਚਰਨਾਂ ਦੇ ਨਜ਼ਦੀਕ ਬੈਠਿਆ ਸੀ। ਪਤਾ ਨਹੀਂ ਫਕਰ ਆਪਣੀ ਕਿਸ ਮੌਜ ਵਿੱਚ ਸਨ, ਮੈਨੂੰ ਇੰਨੀਆਂ ਗਾਲਾਂ ਕੱਢੀਆਂ, ਐਸੀ ਰਹਿਮਤ ਹੋਈ, ਨਿਹਾਲ ਕਰਤਾ, ਮਾਲੋ ਮਾਲ ਕਰਤਾ। ਦਿਲ ਵਿੱਚ ਖਿਆਲ ਆਇਆ ਮਾਪਿਆਂ ਦੀਆਂ ਗਾਲਾਂ, ਘਿਓ ਦੀਆਂ ਲਾਲਾਂ, ਇਹ ਤੇ ਇੱਕ ਫਕੀਰ ਦੀਆਂ ਗਾਲਾਂ ਨੇ ਜੋ ਕੁਲਾਂ ਤਾਰ ਦਿੰਦੀਆਂ ਨੇ। ਸੋ ਬਾਬਾ ਭਾਗੀ ਸ਼ਾਹ ਮਸਤਾਨਾ ਜੀ ਨੂੰ ਇੱਕ ਸੂਫੀ ਕਲਾਮ ਨਾਲ ਸੱਚੀ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਮੈਨੂੰ ਕੱਢੀਆਂ ਫਕੀਰ ਨੇ ਗਾਲਾਂ, ਮੈਨੂੰ ਕੱਢੀਆਂ ਫਕੀਰ ਨੇ ਗਾਲਾਂ, ਤੇ ਗਾਲਾਂ ਹੀ ਮੈਨੂੰ ਤਾਰ ਗਈਆਂ ਮਹਿਰਮਾ, ਤੇ ਗਾਲਾਂ ਮੈਨੂੰ ਤਾਰ ਗਈਆਂ ਮਹਿਰਮਾ, ਤੇ ਗਾਲਾਂ ਮੈਨੂੰ ਤਾਰ ਗਈਆਂ। ਗਾਲਾਂ ਹੁੰਦੀਆਂ ਨੇ ਘਿਓ ਦੀਆਂ ਲਾਲਾਂ, ਗਾਲਾਂ ਹੁੰਦੀਆਂ ਨੇ ਘਿਓ ਦੀਆਂ ਲਾਲਾਂ, ਤੇ ਲਾਲਾਂ ਹੀ ਮੈਨੂੰ ਤਾਰ ਗਈਆਂ ਮਹਿਰਮਾ, ਤੇ ਲਾਲਾਂ ਮੈਨੂੰ ਤਾਰ ਗਈਆਂ ਮਹਿਰਮਾ, ਤੇ ਲਾਲਾਂ ਮੈਨੂੰ ਤਾਰ ਸ਼ਾਹ ਨੇ ਪੱਗ ਜਗਾਏ, ਪੱਗ ਜਗਾਏ ਸੁੱਤੇ, ਓਏ ਅੱਜ ਫਕੀਰਾਂ ਦੀ ਰਹਿਮਤ ਹੋ ਗਈ ਮੇਰੇ ਉੱਤੇ, ਕੇ ਗਾਲਾਂ ਵਾਲਾ ਫਕੀਰਾਂ ਮੀ ਬਰਸਾਇਆ, ਓਏ ਅੱਜ ਦੇ ਵਰਗਾ ਜ਼ਿੰਦਗੀ ਦੇ ਵਿੱਚ ਮਜ਼ਾ ਕਦੇ ਨਹੀਂ ਆਇਆ, ਅਸੀਂ ਉੱਠੀਆਂ ਮਾਰੀਆਂ ਛਾਲਾਂ, ਅਸੀਂ ਉੱਠੀਆਂ ਮਾਰੀਆਂ ਛਾਲਾਂ, ਤੇ ਛਾਲਾਂ ਸਾਨੂੰ ਤਾਰ ਗਈਆਂ ਮਹਿਰਮਾ, ਛਾਲਾਂ ਸਾਨੂੰ ਤਾਰ ਗਈਆਂ। ਉਹਦੇ ਦਾਦਾ ਝਾਂਸਾ ਵਾਲਾ ਹੋਇਆ ਫਿਰ ਦੀਵਾਨਾ, ਮਿਲਿਆ ਏ ਨਜ਼ਰਾਨਾ, ਦੋਵੇਂ ਪਾਲੀਆਂ ਗਲੇ ਦੇ ਵਿੱਚ ਮਾਲਾਂ, ਦੋਵੇਂ ਪਾਲੀਆਂ ਗਲੇ ਦੇ ਵਿੱਚ ਮਾਲਾਂ, ਤੇ ਮਾਲਾਂ ਹੀ ਮੈਨੂੰ ਤਾਰ ਗਈਆਂ ਮਹਿਰਮਾ,
ਮੈਨੂੰ ਤਾਰ ਗਈਆਂ।